ਚੱਲਦੇ ਸ਼ੂਟ ਦੌਰਾਨ ਸਾਡੇ ਇੱਕ ਮਤਲਬ ਟੀਮ ਨੂੰ ਬਿਠਾਇਆ ਗਿਆ, ਇਹਨਾਂ ਲਈ ਇੱਕ ਸਰਪ੍ਰਾਈਜ਼ ਹੈ ਕਿਉਂਕਿ ਰਵੀਦੀਪ ਦੇ ਦੋਸਤ ਆਏ ਨੇ। ਹਾਂ, ਕੋਈ ਆਪਣਾ ਪ੍ਰੋਡਕਟ ਲਾਂਚ ਕਰ ਰਿਹਾ। ਹਾਂਜੀ, ਇਹਨਾਂ ਦੇ ਇੱਕ ਪ੍ਰੋਡਕਟ ਲਾਂਚ ਕੀਤਾ ਇਹਨਾਂ ਨੇ, ਹਾਂਜੀ, ਤੇ ਉਹ ਅਸੀਂ ਪ੍ਰੋਡਕਟ ਜਿਹੜਾ ਲਾਂਚ ਕੀਤਾ ਉਹ ਫਿਲਮ ਦੇ ਵਿੱਚ ਸਾਰਿਆਂ ਤੋਂ ਵਿੱਕੀ ਵੀਰੇ ਤੋਂ, ਸ਼ੈਲਜਾ ਤੋਂ, ਹੀਰ ਤੋਂ, ਬੇਬੇ ਤੋਂ, ਸਾਡੀ ਤੋਂ ਤੇ ਮੈਂ ਆਪ ਰਵੀਦੀਪ ਠੀਕਾ ਸਾਡੇ ਸਾਰਿਆਂ ਤੋਂ ਇਹ ਜਿਹੜਾ ਮਤਲਬ ਪ੍ਰੋਡਕਟ ਦੀ ਮਸ਼ਹੂਰੀ ਕਰਾਉਣੀ ਹੈ ਵੀਰੇ ਨੇ, ਦੀਪ ਵੀਰੇ ਨੇ। ਵੈਸੇ ਇਹਨਾਂ ਦਾ ਵੀ ਗਾਣਾ ਬਹੁਤ ਜਲਦੀ ਆ ਰਿਹਾ, ਦੀਪ ਢਿੱਲੋਂ ਦੇ ਨਾਲ ਗਾਣਾ ਇੱਕ ਗਾਣਾ ਆਇਆ ਸੀਗਾ ਕੱਲ ਜਮਾਨਤ ਹੋਈ ਵਿੱਕੀ ਸੀ ਬਾਈ ਹੋਰਾਂ ਦਾ ਨਾ, ਬਹੁਤ ਜਿਆਦਾ ਚੱਲਿਆ ਜਮਾਨਤ ਗਾਣੇ ਦਾ ਨਾਂ ਸੀਗਾ ਕਿਉਂ ਅੱਤ ਚੱਕੀ ਫਿਰਦਾ ਕੱਲ ਜਮਾਨਤ ਹੋਈ ਵਿੱਕੀ, ਉਹ ਦੀਪ ਵੀਰੇ ਦਾ ਮਤਲਬ ਵੀ ਮੇਨ ਸੀਗਾ ਉਹਦੇ ਚ, ਡੀਓਪੀ ਦੀ ਕਮਾਂਡ ਜਿਹੜੀ ਸਾਹਮਣੇ ਹੁਣ ਮੁੰਡਾ ਸਾਡੀ ਬਹੁਤ ਹੀ ਪਿਆਰੀ ਐਕਟਰਸ ਇਕੱਠੇ ਹੋਇਆ ਤੇ ਜਿੰਨੀਆਂ ਮੂਵੀਆਂ ਹੁਣ ਤੱਕ ਹੋ ਗਈਆਂ ਬਿਲਕੁਲ ਉਹਦੇ ਚ 90% ਮੂਵੀਆਂ ਚ ਸ਼ੈਲਜਾ ਹੁੰਦੀ ਹੈ ਕਿਉਂਕਿ ਸਾਡੇ ਪਰਿਵਾਰ ਦੇ ਮੈਂਬਰ ਵਾਂਗੂ ਲੱਗ ਰਹੀ ਹੈ ਸਾਨੂੰ। ਬਿਲਕੁਲ, ਵੈਸੇ ਕੁੜੀ ਨਾਲ ਉਸ ਦਿਨ ਜਿਸ ਦਿਨ ਇਹਦਾ ਬਰਥਡੇ ਸੀਗਾ ਉਸ ਦਿਨ ਸਾਡੇ ਤੋਂ ਨਹੀਂ ਮਤਲਬ ਮਿਲਿਆ ਗਿਆ, ਇਹ ਸਾਰੀ ਸਰਚ ਪਲਾਨਿੰਗ ਸੀਗੀ ਇਹ ਸੱਚੀ ਚ, ਮੈਨੂੰ ਵੀ ਹੁਣੇ ਪਤਾ ਲੱਗਿਆ ਜਦੋਂ ਕਿਉਂਕਿ ਅਸੀਂ ਇਕੱਠੇ ਰਹੇ ਹਾਂ ਤਾਂ ਕਰਕੇ ਇੱਕ ਦੂਜੇ ਨੂੰ ਪੜ੍ਹ ਲੈਂਦੇ ਹਾਂ, ਪਤਾ ਮੈਨੂੰ ਵੀ ਨਹੀਂ ਸੀ ਇਸ ਪਲਾਨ ਦਾ, ਇਹ ਸਾਰੀ ਸਾਡੇ ਭਰਾ ਰਵੀਦੀਪ ਦੀ ਹੋਈ ਸੀ ਤੇ ਦੀਪ ਨੂੰ ਮੈਂ ਕਿਹਾ, ਦੀਪ ਉੱਥੇ ਬੈਠਾ ਸੀ ਵਿੱਕੀ ਦੀਪ ਬਾਈ ਸਾਡੇ ਕਾਲਜ ਦੇ ਮਿੱਤਰ ਹੈ, ਉਹ ਤਾਂ ਮਜ਼ਾਕ ਕਰਦੇ ਸੀ ਕੋਈ ਡਾਕਟਰ ਆਏ ਨੇ, ਸੋ ਸੋਹਣਾ ਸਰਪ੍ਰਾਈਜ਼ ਸਾਡੀ ਜਿੰਨੀ ਪਿਆਰੀ ਕਲਾਕਾਰ ਹੈ ਸ਼ੈਲਜਾ ਓਨਾ ਹੀ ਪਿਆਰਾ ਕੇਕ ਇਹਦੇ ਲਈ ਲੈ ਗਏ ਨੇ, ਸੋ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ। ਸਾਡੀ ਸਾਰੀ ਫੈਮਿਲੀ ਬੈਠੀ ਹੈ, ਅੱਜ ਸਾਡਾ ਕਰਮ ਵਾਲੇ ਦਿਨ ਸ਼ੂਟ ਵੀ ਸਾਡਾ ਰਵੀਦੀਪ ਦੇ ਘਰ ਚੱਲ ਰਿਹਾ ਸੀਗਾ ਖੀਵੇ ਦੇ ਵਿੱਚ, ਹੁਣ ਸਾਰਾ ਜਿਹੜਾ ਰੂਮ ਹੈ ਇਹ ਮਾਹੌਲ, ਵਿਆਹ ਵਾਲੇ ਦਿਨ ਸ਼ੂਟ ਵੀ ਸਾਡਾ ਰਵੀਦੀਪ ਦੇ ਘਰ ਚੱਲ ਰਿਹਾ ਸੀਗਾ ਖੀਵੇ ਦੇ ਵਿੱਚ, ਹੁਣ ਸਾਰਾ ਜਿਹੜਾ ਰੂਮ ਹੈ ਇਹ ਮਾਹੌਲ ਵਿਆਹ ਵਰਗਾ ਹੋ ਰਿਹਾ। ਵਾਹ, ਕੱਟੋ ਕੇਕ ਤੇ ਫਿਰ ਆਪਾਂ ਕਰਾਂਗੇ ਉਹੀ ਕਾਰਵਾਈ ਸ਼ੁਰੂ, ਆਪਣੀ ਜਿਹੜੀ ਅਗਲੀ ਸ਼ੂਟ ਦੀ ਕਾਰਵਾਈ ਹੈ ਦੁਬਾਰਾ ਕਰਾਂਗੇ। ਬਿਲਕੁਲ, ਕਿਆ ਬਾਤ ਹੈ, ਇੰਨੇ ਦਿਆਲੂ ਮਿਲਣਗੇ, ਮੋਮਬੱਤੀ ਵੀ ਆਪ ਤੋਂ ਲਾ ਕੇ ਦੇ ਰਹੇ ਨੇ ਦੇਖ ਲੈ, ਸਹੀ ਗੱਲ ਹੈ ਕਿਉਂਕਿ ਘਰੇ ਆਏ ਤਾਂ ਮਤਲਬ ਉਵੇਂ ਕਰਨੀ ਪੈਂਦੀ ਨਾ ਵਕਤ, ਬੇਸ਼ਕ ਪਹਿਲਾਂ ਆਪਾਂ ਇਹਨਾਂ ਤੋਂ ਰੋਟੀਆਂ ਲਾ ਕੇ ਖਾਧੀਆਂ ਨੇ ਪਰ ਫਿਰ ਵੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਨੂੰ ਕੋਈ ਮਾੜਾ ਮੋਟਾ ਬਦੀਨ ਕਰਦੇ ਆ, ਸਾਂਭ ਕੇ ਬੜਾ ਨਹੀਂ ਤੇ ਅੱਛਾ ਮਾਹੌਲ ਵਿਆਹ ਵਰਗਾ। ਵਾਹਿਗੁਰੂ ਕਰੇ ਸਾਡੇ ਸੈੱਟ ਤੇ ਜਿੰਨੇ ਵੀ ਕਲਾਕਾਰਾਂ ਦੇ ਬਰਥਡੇ ਆਉਣ ਅਸੀਂ ਇਸੇ ਤਰ੍ਹਾਂ ਮਿਲ ਜੁਲ ਕੇ ਮਨਾਉਂਦੇ ਰਹੀਏ ਤੇ ਅਗਲੀ ਅਪਡੇਟ ਤੁਹਾਨੂੰ ਕੀ ਕਰਦੇ, ਚਲੋ ਜੀ ਚਲੋ ਆਓ ਜੀ, ਚੱਲ ਚੱਲ ਕੱਟਦੇ। ਫੋਟੋ ਖਿੱਚਦਾ ਜੀ, ਖਿੱਚਦਾ ਜੀ ਫੋਟੋ, ਕਰ ਦੋ ਹਾਂ ਬਰਥਡੇ ਆਉਣ ਅਸੀਂ ਇਸੇ ਤਰ੍ਹਾਂ ਮਿਲ ਜੁਲ ਕੇ ਮਨਾਉਂਦੇ ਰਹੀਏ ਤੇ ਅਗਲੀ ਅਪਡੇਟ ਤੁਹਾਨੂੰ ਕੀ ਕਰ ਦੋ, ਚਲੋ ਜੀ ਚਲੋ ਆਓ ਜੀ, ਚੱਲ ਕੱਟਦੇ। ਫੋਟੋ ਖਿੱਚਦਾ ਜੀ, ਖਿੱਚਦਾ ਜੀ ਫੋਟੋ, ਕੱਲੇ ਕੇਕ ਦੀ ਫੋਟੋ ਪਹਿਲਾਂ।
आधार कार्ड भी लिखो लिया इस करके मंगया दी भी सच तो जानू हो जाइए नहीं दुनिया ओले च फिर दी चल कटो जी केक पाके कोलिया सानू फड़ा दो घर देखी डेट अनाउंस कर दे वेरी गुड 24 अगस्त नी परमात्मा करे इस तरह रौनक लाई चलो जी ਅਗਲਾ ਫੁੱਲ ਗਿਆ ਜੇ ਜਾ ਕੇ ਸਿੱਟ ਤੇ ਮੇਰੀ ਕੋਲੀ ਜੀ ਧਰ ਦਿਓ ਦੇ ਲਈ ਤਮੰਨਾ ਸੋ ਆਉਣ ਵਾਲੇ ਸਾਲ ਕਿਤੇ ਤਾਂ ਵਾਡੇ ਮਾਈ ਇਹ ਹੋਰ ਵੀ ਵਧੀਆ ਅੱਛੇ ਮੁਕਾਮ ਤੇ ਹੋਵੇ ਇਹ ਤੋਂ ਵੀ ਵੱਡਾ ਨਾਂ ਹੋਵੇ ਸ਼ੈਲਜ਼ਾ ਦਾ ਸੋ ਸਾਡੀ ਟੀਮ ਦੇ ਵੱਲੋਂ ਆਰ ਡੀ ਐਚ ਮੂਵੀਜ਼ ਦੇ ਵੱਲੋਂ ਤੇ ਆਪਣੇ ਸਾਡਾ ਜਿਹੜਾ ਫੇਸਬੁੱਕ ਤੇ ਪੇਜ ਹੈ ਰਵੀਦੀਪ ਤੇ ਵਿੱਕੀ ਭਾਰਦਵਾਜ ਉਹਨਾਂ ਦੇ ਵੱਲੋਂ ਤੇ ਇੱਕ ਸਾਡਾ ਹੋਰ ਚੈਨਲ ਹੈ ਯੂਟਿਊਬ ਦੇ ਉੱਤੇ ਰਵੀਦੀਪ ਖੀਵੇ ਦੇ ਨਾਂ ਤੇ ਤਿੰਨੇ ਪਲੇਟਫਾਰਮਾਂ ਤੇ ਤੁਸੀਂ ਇਹ ਜਿਹੜਾ ਵਲੌਗ ਹੈ ਉਹ ਦੇਖੋਗੇ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਵਿਸ਼ ਜ਼ਰੂਰ ਕਰਿਓ ਬਾਡੇ ਸ਼ੈਲਜ਼ਾ ਨੂੰ ਤੇ ਓਕੇ ਰਵੀ ਜੀ ਚਾਰ ਸ਼ਬਦ ਬਾਡੇ ਪਹਿਲਾਂ ਸੀ ਪਾਤਾ ਸੀ ਯੂਟਿਊਬ ਪੇਜ ਤੇ ਜਿਹੜਾ ਅਸੀਂ ਪਾਈ ਦਿੱਤਾ ਸੀਗਾ ਜਿਹੜਾ ਅਸੀਂ ਕੋਈ ਕੰਫਰਮੇਸ਼ਨ ਪਰ ਜਿਹੜਾ ਹੁਣ ਗੇਮ ਹੈ ਅੱਛਾ ਪਰ ਜਿਹੜਾ ਮੇਨ ਹੈ ਉਹ ਅੱਜ ਅਸੀਂ ਵਲੌਗ ਵੀ ਪਾ ਦਿੰਦੇ ਆ ਤੇ ਤੁਸੀਂ ਦੇਖਿਓ ਥੋੜੇ ਟਾਈਮ ਦੇ ਵਿੱਚ ਓਕੇ ਸ਼ੈਲਜ਼ਾ ਨੂੰ ਬਹੁਤ ਸਾਰੀਆਂ ਮੁਬਾਰਕਾਂ जिन्नी होने जिवे 33-34 साल दी होने चाहे तू परमात्मा करे अगली बार पिंड इधर साडिया मम्मिया बैठिया ने बेबिया साडिया तीन बेबिया ने करम वालिया बेबे कोई चक्कर नहीं शगन तो नहीं देंदे दुआवां दा दे सकदे दवावा ना दे दो कहते पुत्र हाँ कह तो कोई नहीं कहते पुत्र आज खुशी वेरी गुड सो ये साड़िया मामा ने जी मजाक कर दिया इन्हों की बनिया हुआ हूं तक खाते आए हैं पहले सवेरे चाह के गफे छके तो हम आलू वाले परौंठे छके हीर भी भाई साड़ी हीर कहते हैं बंट कदा कर दे लॉन्च देखी डेट अनाउंस कर दे वेरी गुड 24 अगस्त नी परमात्मा करे इस तरह रौनक लाइए चलो जी ਅਗਲਾ ਫੁੱਲ ਗਿਆ ਜੇ ਜਾ ਕੇ ਸਿੱਟ ਤੇ ਮੇਰੀ ਕੋਲੀ ਜੀ ਧਰ ਦਿਓ ਕੋਈ ਨਾ ਵਹਿਮ ਕਰ ਨਹੀਂ ਕੋਈ ਵਹਿਮ ਕਰ ਜਾਂਦਾ ਕਈ ਵਾਰੀ ਉਹ ਲਿਖਿਆ ਨੀ ਉਹਦੇ ਫੁੱਲ ਨਾ ਤੋੜ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸੈਲਜ਼ਾਰੀ ਹੈਪੀ ਬਰਥਡੇ ਟੂ ਯੂ बिल्कुल भाई नहीं पहले तेरा रवि तेरा हक पैसे तेरे लगे नहीं अच्छा अच्छा हाँ वेरी गुड लख लख मुबारक हाँ वाह वाह जमी पतला जी हाँ क्योंकि एक तो वही खा लांगे अपा सही गल सो फाइनली दुआवा दोस्तो भी जन्मदिन जिवें इस बार खुशियां नाल मनाया इस तरह शैलजा बहुत सारिया तरक्कियां करे अपने इस फील्ड दे विच साडी यही दिली तमन्ना सो